ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਜੀ ਦੋਸਤੋ, ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 27 ਨਵੰਬਰ 2024 ਦਿਨ ਬੁੱਧਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ, ਤਾਂ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅੱਜ ਦੋਸਤੋ ਕਬੱਡੀ ਦੇ ਮੈਚ ਹੋ ਸਕਦੇ ਆ, ਪਿੰਡ ਹੋਵੇਗਾ ਲੰਬੀ, ਜ਼ਿਲ੍ਹਾ ਹੋਵੇਗਾ ਸ੍ਰੀ ਮੁਕਤਸਰ ਸਾਹਿਬ। ਇੱਥੇ ਅੱਜ ਦੋਸਤੋ 24 ਕਿਲੋ ਨਰੋਲ ਅਤੇ 48 ਕਿਲੋ ਨਰੋਲ ਦੇ ਮੈਚ ਹੋਣਗੇ। 24 ਕਿਲੋ ਨਰੋਲ ਦਾ ਪਹਿਲਾ ਇਨਾਮ 5100 ਅਤੇ ਦੂਜਾ ਇਨਾਮ 4100 ਹੋਵੇਗਾ ਅਤੇ 48 ਕਿਲੋ ਨਰੋਲ ਦਾ ਪਹਿਲਾ ਇਨਾਮ 7100 ਅਤੇ ਦੂਜਾ ਇਨਾਮ 5500 ਰੁਪਏ ਹੋਵੇਗਾ ਅਤੇ ਵਜਨੀ ਕਬੱਡੀ ਦੇ ਮੈਚ ਇੱਥੇ ਹੋ ਸਕਦੇ ਆ। ਬਾਕੀ ਦੋਸਤੋ ਪੂਰਾ ਚੰਗੀ ਤਰ੍ਹਾਂ ਕਨਫਰਮ ਨਹੀਂ ਵੀ ਮੈਚ ਹੋਣਗੇ ਜਾਂ ਨਹੀਂ, ਅਤੇ ਇਹ ਤੁਸੀਂ ਖੁਦ ਪਤਾ ਕਰ ਲੈਣਾ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਆ, ਇਹ ਮੈਚ ਹੋਣਗੇ ਪਿੰਡ ਗਾਲਬ ਕਲਾਂ, ਜ਼ਿਲ੍ਹਾ ਜਗਰਾਓਂ। ਇੱਥੇ ਕਬੱਡੀ ਓਪਨ ਦੇ ਮੈਚ ਆ, ਨਰੋਲ ਪਿੰਡ ਵਾਰ ਦੇ ਮੈਚ ਕਰਵਾਏ ਜਾਣਗੇ। ਪਹਿਲਾ ਇਨਾਮ 41,000 ਰੁਪਏ ਆ, ਦੂਜਾ ਇਨਾਮ 31,000 ਰੁਪਏ ਆ ਅਤੇ ਤੀਜਾ ਇਨਾਮ 13,000 ਰੁਪਏ ਆ ਅਤੇ ਚੌਥਾ ਇਨਾਮ 9,000 ਰੁਪਏ ਆ। ਬੈਸਟ ਰੇਡਰ ਅਤੇ ਜਾਫੀ ਨੂੰ 11,000 ਰੁਪਏ ਹੋਣਗੇ ਅਤੇ ਵਧੀਆ ਮੈਚ ਇੱਥੇ ਕਰਵਾਏ ਜਾਣਗੇ ਅਤੇ ਲਾਈਵ ਇਸਦਾ ਚੱਲੇਗਾ punjablive1.com ਦੇ ਜ਼ਰੀਏ। ਵਧੀਆ ਮੈਚ ਇੱਥੇ ਕਰਵਾਏ ਜਾ ਰਹੇ ਆ, ਪਿੰਡ ਗਾਲਬ ਕਲਾਂ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਮੈਚ ਕਰਵਾਏ ਜਾਣਗੇ, ਪਿੰਡ ਹੋਵੇਗਾ ਜਟਾਣਾ ਕਲਾਂ, ਜ਼ਿਲ੍ਹਾ ਮਾਨਸਾ। ਇੱਥੇ ਅੱਜ ਕਬੱਡੀ 75 ਕਿਲੋ ਦੇ ਮੈਚ ਹੋਣਗੇ, 2 ਖਿਡਾਰੀ ਬਾਹਰੋਂ ਆ। ਪਹਿਲਾ ਇਨਾਮ 15,000 ਆ ਅਤੇ ਦੂਜਾ ਇਨਾਮ 11,000 ਰੁਪਏ ਆ। ਬਾਕੀ ਕਬੱਡੀ 65 ਕਿਲੋ ਦੇ ਮੈਚ ਹੋਣਗੇ, ਪਹਿਲਾ ਇਨਾਮ 8100 ਅਤੇ ਦੂਜਾ ਇਨਾਮ 6100 ਰੁਪਏ ਆ ਅਤੇ 2 ਖਿਡਾਰੀ ਬਾਹਰੋਂ ਆ। ਅਤੇ ਇੱਥੇ ਵੀ ਦੋਸਤੋ ਅੱਜ ਵਜਨੀ ਕਬੱਡੀ ਦੇ ਮੈਚ ਹੋਣਗੇ ਅਤੇ ਨਾਲ ਹੀ ਦੋਸਤੋ ਇੱਥੇ ਕਬੱਡੀ ਕਮੈਂਟਰ ਹਰਪ੍ਰੀਤ ਡਸਕਾ, ਹੈਂਡੀਕੈਪਟ ਵੀਰ ਆ ਅਤੇ ਉਸਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ LED ਨਾਲ। ਵੀਰ ਨੂੰ ਮੇਰੇ ਵੱਲੋਂ ਵਧਾਈਆਂ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਵੱਖ ਵੱਖ ਜਗ੍ਹਾ 'ਤੇ ਕਬੱਡੀ ਦੇ ਮੈਚ।